ਚੋਰਾਂ ਨੇ ਬਦਲੇ ਚੋਰੀ ਦੇ ਤਰੀਕੇ ਹੁਣ ਰਾਤ ਨੂੰ ਜਾਂ ਕਿਸੇ ਸੁੰਨਸਾਨ ਥਾਂ ਤੇ ਨਹੀਂ ਦਿੰਦੇ ਵਾਰਦਾਤ ਨੂੰ ਅੰਜਾਮ ਸਗੋਂ ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਚ ਵੜ ਸ਼ਰੇਆਮ ਦਿਨ ਦਿਹਾੜੇ ਕਰਦੇ ਨੇ ਕਾਂਡ ਇਸੇ ਲਈ ਹੁਣ ਤੁਸੀਂ ਵੀ ਆਪਣੇ ਘਰ ਦਾ ਦਰਵਾਜ਼ਾ ਸੋਚ ਸਮਝ ਕੇ ਖੋਲ੍ਹਿਓ ਕਿਉਂਕਿ ਹੋ ਸਕਦਾ ਦਰਵਾਜ਼ੇ ਤੇ ਤੁਹਾਡੇ ਜਾਣਕਾਰ ਦੀ ਥਾਂ ਕੋਈ ਚੋਰ ਖੜਾ ਹੋਵੇ ਸੁਣਨ 'ਚ ਭਾਵੇਂ ਇਹ ਗੱਲ ਅਜੀਬ ਲੱਗ ਰਹੀ ਹੈ ਪਰ ਸੱਚਾਈ ਇਹ ਹੈ ਕਿ ਹੁਣ ਚੋਰ ਘਰਾਂ 'ਚ ਜਾਣਕਾਰ ਬਣ ਕੇ ਅਤੇ ਦੁਕਾਨਾਂ 'ਚ ਗਾਹਕ ਬਣ ਕੇ ਆਉਂਦੇ ਨੇ ਅਤੇ ਮਿੰਟਾਂ ਸਕਿੰਟਾਂ 'ਚ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਇਸੇ ਤਰੀਕੇ ਦਾ ਤਾਜ਼ਾ ਮਾਮਲਾ ਕਪੂਰਥਲਾ ਦੇ ਪਿੰਡ ਪੱਡਾ ਬੇਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਦੇ ਕੰਨਾਂ 'ਚੋਂ ਉਸਦੀਆਂ ਸੋਨੇ ਦੀਆਂ ਬਾਲੀਆਂ ਉਸ ਵੇਲੇ ਝਪਟ ਲਈਆਂ ਗਈਆਂ ਜਦੋਂ ਉਹ ਆਪਣੀ ਦੁਕਾਨ ਅੰਦਰ ਰੋਜ਼ਾਨਾ ਦੀ ਤਰ੍ਹਾਂ ਕੰਮ ਕਰ ਰਹੀ ਸੀ ਪੀੜਤ ਔਰਤ ਪਰਮਜੀਤ ਕੌਰ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਇੱਕ ਮੋਨਾ ਵਿਅਕਤੀ ਉਸਦੀ ਦੁਕਾਨ 'ਤੇ ਆਇਆ ਅਤੇ ਉਸਨੇ ਰੀਵਨ ਖਰੀਦਣ ਦੀ ਗੱਲ ਕੀਤੀ ਜਦੋਂ ਰੀਵਨ ਦੇਣ ਲੱਗੀ ਤਾਂ ਨੌਜਵਾਨ ਨੇ ਮੇਰੇ ਕੰਨਾਂ 'ਚੋਂ ਸੋਨੇ ਦੀਆਂ ਬਾਲੀਆਂ ਝਪਟ ਲਈਆਂ ਔਰਤ ਵੱਲੋਂ ਰੌਲਾ ਪਾਉਣ 'ਤੇ ਇੱਕ ਗਵਾਂਢੀ ਨੌਜਵਾਨ ਮਦਦ ਲਈ ਅੱਗੇ ਆਇਆ ਅਤੇ ਉਸ ਵੱਲੋਂ ਮੋਟਰਸਾਈਕਲ 'ਤੇ ਭੱਜੇ ਜਾਂਦੇ ਲੁਟੇਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਜੱਦੋ ਜਹਿਦ ਵਿੱਚ ਨੌਜਵਾਨ ਸੜਕ 'ਤੇ ਡਿੱਗ ਗਿਆ ਅਤੇ ਮੋਟਰਸਾਈਕਲ ਮਗਰ ਘੜੀਸਿਆ ਗਿਆ ਜਿਸ ਕਾਰਨ ਉਸਦੇ ਕੁਝ ਸੱਟਾਂ ਵੀ ਲੱਗੀਆਂ ਅਤੇ ਉਹ ਲੁਟੇਰੇ ਨੂੰ ਰੋਕਣ ਵਿੱਚ ਨਾਕਾਮਯਾਬ ਰਿਹਾ ਮੇਰਾ ਨਾਮ ਸਰਜੀਤ ਸਿੰਘ ਹੈ ਜੀ मगर फड़िया वा पर हथों निकल गया वा सट मेरे लग गई हां जी कोशिश बिलकुल की पर हथों निकल गया हाडे ਉਹਨੇ ਮਤਲਬ ਗਾੜੀ ਡੱਕਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਹੱਥੋਂ ਨਿਕਲ ਗਿਆ ਵਾ ਪਤਾ ਲੱਗਾ ਉਹਦੇ ਲੋਕ ਕੋਈ ਉਹਦੇ ਡੰਡਾ ਡੁੰਡਾ ਹਾਂਜੀ ਹਾਂਜੀ ਡੰਡਾ ਡੁੰਡਾ ਮਾਰਿਆ ਪਰ ਬਚਾ ਹੋ ਗਏ ਮਤਲਬ ਨਿਕਲ ਗਿਆ ਜੀ ਉਹਨਾਂ ਦੇ ਹੱਥੋਂ ਵੀ ਉਹਦੇ ਕੋਲ ਸੱਟ ਸੁੱਟ ਵੀ ਲੱਗੀ ਆ ਨਹੀਂ ਨਹੀਂ ਹਾਂਜੀ ਉਹਦੇ ਲੱਗੀ ਆ ਜੀ ਜਿਹਦੇ ਮਤਲਬ ਚੋਰ ਦੇ ਲੱਗੀ ਹੋਈ ਆ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਵੱਡੇ ਬੇੜ ਜੀ ਕੀ ਨਾਮ ਤੁਹਾਡਾ ਨਾਮ ਮੇਰਾ ਜੀ ਤੁਹਾਡੇ ਪਿੰਡ ਅੱਜ ਇੱਕ ਘਟਨਾ ਵਾਪਰੀ ਆ ਕੀ ਕਿਹੜਾ ਤੁਹਾਡਾ ਇਸ ਵਿੱਚ ਹਾਂਜੀ ਸਾਡੀ ਚਾਚੀ ਜੀ ਸ਼ਾਪ ਤੇ ਬੈਠੇ ਹੈਗੇ ਬੰਦਾ ਇੱਕ ਆਇਆ ਗਾਹਕ ਅਤੇ ਉਹ ਕਹਿੰਦਾ ਵੀ ਮੈਨੂੰ ਰੀਵਨ ਚਾਹੀਦੇ ਆ ਮੈਂ ਤਿੰਨ ਕੁੜੀਆਂ ਵਾ ਸਾਡੇ ਵਿਆਹ ਵਾ ਅਤੇ ਇਹਨਾਂ ਨੇ ਗਾਹਕ ਸਮਝ ਕੇ ਉਹਨਾਂ ਨੂੰ ਅੰਦਰ ਵਾੜਿਆ ਅਤੇ ਰੀਵਨ ਕੱਟ ਕੇ ਦੇਣ ਲੱਗੇ ਸੀਗੇ ਅਤੇ ਉਹ ਇਹਨਾਂ ਦੀ ਵਾਲੀਆਂ ਨੂੰ ਪੈ ਗਿਆ ਅਤੇ ਵਾਲੀਆਂ ਲਾ ਕੇ ਲੈ ਗਿਆ ਜੀ ਇਹਨਾਂ ਦੀਆਂ ਸ਼ਰੇਆਮ 11 ਵਜੇ ਦੀ ਗੱਲ ਆ 11-12 ਵਜੇ ਦੀ ਹਾਂਜੀ ਅਤੇ ਪ੍ਰਸ਼ਾਸਨ ਕੋਲੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਚਾਹੀਦਾ ਵਾ ਜਲਦੀ ਤੋਂ ਜਲਦੀ ਬੰਦਾ ਫੜਿਆ ਜਾਣਾ ਚਾਹੀਦਾ ਜੀ ਅਕਸਰ ਲੁੱਟ ਖੋਹ ਦੀਆਂ ਘਟਨਾਵਾਂ ਵਾਪਰਦੀਆਂ ਏਰੀਏ 'ਚ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਲੋੜੀਂਦੀ ਕਾਰਵਾਈ ਨਹੀਂ ਕਰ ਰਿਹਾ ਕੀ ਕਹਿਣਾ ਤੁਹਾਡਾ ਇਸ ਵਿੱਚ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਆ ਜੇ ਇਸ ਚੋਰ ਨੂੰ ਫੜਨਾ ਤਾਂ ਕਿ ਗਾਂਹ ਕੋਈ ਘਟਨਾ ਨਾ ਇਹੋ ਜਿਹੀ ਵਾਪਰੇ ਜੀ ਹਾਂਜੀ ਮੇਰਾ ਸਰ ਪਰਮਜੀਤ ਕੌਰ ਨਾਮ ਹੈ ਵੱਡੇ ਪਿੰਡ ਹੈ ਬੱਚੀਆਂ ਦਾ ਕੰਮ ਆ ਰੀਬਨ ਕੱਟ ਕੇ ਦਿੱਤੇ ਆ ਤੇ ਉਹਨਾਂ ਨੇ ਮੈਂ ਰੀਬਨ ਫੜਾਉਣ ਲੱਗੀ ਤੇ ਉਹਨਾਂ ਨੇ ਮੇਰੀਆਂ ਵਾਲੀਆਂ ਲਾ ਲਈਆਂ 11 ਵਜੇ ਦੱਸ ਹਾਂਜੀ ਕੋਈ
ਕੀ ਮੰਗ ਕਰਦੇ ਆ ਅਸੀਂ ਆਪਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਕਿ ਇਹਨਾਂ ਜਿੰਨੇ ਨਸ਼ੇ ਪੱਤੇ ਕਰਦੇ ਆ ਬੱਚੇ ਇਹਨਾਂ ਨੂੰ ਸ਼ਿਕੰਜਾ ਕੱਸਣਾ ਚਾਹੀਦਾ ਇਹਨਾਂ ਤੇ ਪੁਲਿਸ ਨੂੰ ਹੈ ਤੇ ਨਸ਼ਿਆਂ ਵਾਲਿਆਂ ਦਾ ਹੀ ਕੰਮ ਆ ਉਹ ਗਾਹਕ ਬਣ ਕੇ ਆਇਆ ਇੱਕ ਝੱਕਾ ਮਾਰ ਕੇ ਆਇਆ ਆ ਠੀਕ ਹੈ ਜੀ ਜੋ ਮੈਂ ਗਾਹਕ ਨਾ ਸਮਝਦੀ ਫਿਰ ਥੋੜੀ ਮੈਨੂੰ ਆਪਣੇ ਅੰਦਰ ਐਂਟਰ ਹੋਣ ਦੇਣਾ ਸੀਗਾ ਹਾਂਜੀ ਉਹ ਗਾਹਕ ਬਣ ਕੇ ਆਇਆ ਕਿ ਮੈਂ ਆ ਸਮਾਨ ਲੈਣਾ ਮੈਂ ਰੀਬਨ ਲੈਣੇ ਆਪਣੀਆਂ ਬੱਚੀਆਂ ਦੇ ਹਾਂਜੀ ਇਸ ਕਰਕੇ ਸਾਨੂੰ ਇੱਕ ਇਨਸਾਫ ਮਿਲਣਾ ਚਾਹੀਦਾ ਕਿ ਜਿੰਨੇ ਨਸ਼ੇੜੀ ਇਹਨਾਂ ਨੂੰ ਫੜਨ ਤਾਂ ਇਹਨਾਂ ਨੂੰ ਫੜਨ ਪੁਲਿਸ ਇਹਨਾਂ ਦਾ ਪਿੱਛਾ ਕਰੇ ਤੇ ਕਿਉਂ ਨਹੀਂ ਫੜੇ ਜਾਂਦੇ ਇੱਕ ਆਣ ਕੇ ਇੱਕ ਸਾਡੇ ਘਰ ਆਣ ਕੇ ਏਡਾ ਵੱਡਾ ਕਰਮ ਕਰਕੇ ਗਿਆ ਹੈ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਇਹ ਚੋਰ ਫੜਿਆ ਜਾਵੇ ਤੇ ਕਿਸੇ ਹੋਰ ਨਾਲ ਵੀ ਇਹ ਘਟਨਾ ਨਾ ਵਾਪਰੇ ਉਧਰ ਜਦ ਇਸ ਮਾਮਲੇ ਸੰਬੰਧੀ ਪੁਲਿਸ ਮੁਖੀ ਹਰਪਾਲ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਘਟਨਾ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਤਸਵੀਰਾਂ ਦੇ ਆਧਾਰ ਤੇ ਦੋਸ਼ੀ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਜਲਦ ਕਾਨੂੰਨ ਦੇ ਸ਼ਿਕੰਜੇ ਵਿੱਚ ਹੋਵੇਗਾ ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿਸ ਕਾਰਨ ਲੋਕਾਂ ਅੰਦਰ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਸ ਘਟਨਾ ਸੰਬੰਧੀ ਅਜੇ ਦੇਖਣਾ ਹੋਵੇਗਾ ਕਿ ਪੁਲਿਸ ਦੇ ਹੱਥ ਕਿੰਨੀ ਜਲਦੀ ਮੁਜਰਮ ਦੀ ਗਰਦਨ ਤੱਕ ਪਹੁੰਚਦੇ ਨੇ ਜਾਂ ਫਿਰ ਪਹਿਲਾਂ ਵਾਂਗ ਇਹ ਮਾਮਲਾ ਵੀ ਫਾਈਲਾਂ ਦੇ ਵਿੱਚ ਦਰਜ ਹੋ ਕੇ ਹੀ ਰਹਿ ਜਾਵੇਗਾ ਕਪੂਰਥਲਾ ਤੋਂ ਨਰੇਸ਼ ਅਤੇ ਸਾਜਨ ਖੋਸਲਾ ਦੀ ਰਿਪੋਰਟ ਰੰਗਲਾ ਟੀਵੀ